ਇਸਲਾਮ ਧਰਮ ਨੂੰ ਕਬੂਲ ਕਰੋ ਤੁਹਾਨੂੰ ਬੇਗਮਾਂ ਦੇ ਡੋਲੇ ਜ਼ਮੀਨਾਂ ਜਾਇਦਾਦਾਂ ਤੁਹਾਨੂੰ ਜ਼ਗੀਰਾਂ ਦੇ ਮਾਲਕ ਬਣਾ ਦਾਂਗੇ ਪਰ ਦਸ਼ਮੇਸ਼ ਪਿਤਾ ਦੇ ਲਾਲ ਉਹਨਾਂ ਨੇ ਕਿਹਾ ਵੀ ਅਸੀਂ ਸਿੱਖੀ ਨਹੀਂ ਛੱਡਣੀ ਸਾਡਾ ਸੀਸ ਭਾਵੇਂ ਉੱਡ ਜਾਵੇ ਇਸ ਕਰਕੇ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ 7 ਸਾਲ ਦੀ ਉਮਰ ਸਾਡੇ ਗੁਰਪਿਤਾ ਨੇ ਆਪਣੇ ਪਿਤਾ ਸਾਡੇ ਦਾਦੇ ਨੂੰ ਗੁਰੂ ਤੇਗ ਬਹਾਦਰ ਨੂੰ ਦਿੱਲੀ ਚੌਂਦਰੀ ਚਾਂਗ ਦੇ ਵਿੱਚ ਸੀਸ ਭੇਟ ਕਰਨ ਲਈ ਭੇਜਿਆ ਸੀ ਇਸ ਕਰਕੇ ਅਸੀਂ ਉਸਦੇ ਪੁੱਤਰ ਹਾਂ ਅਸੀਂ ਇਹ ਨਹੀਂ ਮੰਨਣੀ ਵਾਹਿਗੁਰੂ ਸਰ ਬੱਚੇ ਨੇ ਸੂਬੇ ਨੇ ਕਿਹਾ ਬੱਚੇ ਤੁਹਾਨੂੰ ਡਰ ਨਹੀਂ ਲੱਗਦਾ ਕਿਉਂਕਿ ਨਾ ਜੀ ਨਾ ਡਰ ਕਿਸ ਚੀਜ਼ ਦਾ ਜਦੋਂ ਅਸੀਂ ਮੌਤ ਨੂੰ ਚੁਣ ਕੇ ਆਇਆ ਤਾਂ ਸਾਨੂੰ ਡਰ ਨਹੀਂ ਲੱਗਦਾ ਉਹ ਕਹਿੰਦੇ ਵੀ ਸਾਡੇ ਕੋਲ ਕਿੰਨੀ ਫੌਜ ਖੜੀ ਹੈ ਸਾਡੇ ਕੋਲ ਤੁਸੀਂ ਡਰਦੇ ਹੋ ਇਸ ਕਰਦਾ ਤਾਂ ਉਹਨਾਂ ਨੇ ਬੱਚਿਆਂ ਨੇ ਕੀ ਕਿਹਾ ਸ਼ੇਰ ਨਾ ਡਰਦੇ ਸੂਬਿਆ ਗਿੱਦੜਾਂ ਦੀਆਂ ਡਾਰਾਂ ਤੋਂ ਡਰਦੇ ਸੂਬਿਆ